ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਦੀ ਇਹ ਵੀਡੀਓ ਆਪਣੇ ਉਹਨਾਂ ਵੀਰਾਂ ਲਈ ਖਾਸ ਆ ਜੋ ਘਰ ਦੇ ਵਿੱਚ ਸਬਜ਼ੀਆਂ ਦੀ ਪੈਦਾਵਾਰ ਕਰਦੇ ਹਨ। ਇਸ ਜੂਨ ਜੁਲਾਈ ਦੇ ਮਹੀਨੇ ਵਿੱਚ ਤੁਸੀਂ ਕਰੇਲੇ ਦੀ ਪੈਦਾਵਾਰ ਕਿਵੇਂ ਕਰ ਸਕਦੇ ਹੋ, ਇਸ ਵੀਡੀਓ ਵਿੱਚ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ। ਕਿਹੜੀਆਂ ਕਿਸਮਾਂ ਦਾ ਕਿੰਨਾ ਬੀਜ ਪਾਉਣਾ ਹੈ, ਗਮਲਿਆਂ ਦੇ ਵਿੱਚ ਮਿੱਟੀ ਦੇ ਨਾਲ ਕਿੰਨੀ ਖਾਦ ਪਾਉਣੀ ਹੈ, ਬਗੀਚੀ ਦੇ ਵਿੱਚ ਕਿੰਨੀ ਖਾਦ ਪਾਉਣੀ ਚਾਹੀਦੀ ਹੈ, ਅਤੇ ਇਸ ਤੋਂ ਇਲਾਵਾ ਇੱਕ ਨਵੀਂ ਟੈਕਨੀਕ ਤੁਹਾਡੇ ਨਾਲ ਸਾਂਝੀ ਕਰਨੀ ਹੈ ਜਿਸ ਦੇ ਨਾਲ ਤੁਸੀਂ ਕਰੇਲੇ ਦੇ ਬੀਜ ਤੋਂ ਬੂਟਾ ਛੇਤੀ ਹੀ ਪ੍ਰਾਪਤ ਕਰ ਸਕਦੇ ਹੋ। ਤਾਂ ਦੋਸਤੋ, ਇਸ ਵੀਡੀਓ ਦੀ ਸ਼ੁਰੂਆਤ ਮੈਂ ਕਿਸਮਾਂ ਤੋਂ ਕਰਨੀ ਚਾਹਾਂਗਾ। ਦੋਸਤੋ, ਇਸ ਵੀਡੀਓ ਵਿੱਚ ਦਿਖਾਈਆਂ ਜਾ ਰਹੀਆਂ ਇਹ ਕਿਸਮਾਂ ਪੰਜਾਬ ਦੇ ਲਈ ਬੈਸਟ ਕਿਸਮਾਂ ਨੇ। ਪੰਜਾਬ ਦੇ ਵਿੱਚ ਇਹਨਾਂ ਕਿਸਮਾਂ ਤੋਂ ਵਧੀਆ ਝਾੜ ਮਿਲਦਾ ਹੈ, ਵਧੀਆ ਫਲ ਮਿਲਦੇ ਹਨ, ਅਤੇ ਤੁਹਾਨੂੰ ਮਾਰਕੀਟ ਦੇ ਵਿੱਚੋਂ ਇਹਨਾਂ ਦਾ ਬੀਜ ਵੀ ਬੜੀ ਆਸਾਨੀ ਦੇ ਨਾਲ ਮਿਲ ਜਾਵੇਗਾ। ਤਾਂ ਦੋਸਤੋ, ਸ਼ੁਰੂਆਤ ਕਰਦੇ ਹਾਂ ਆਪਾਂ ਇਸ ਵੀਡੀਓ ਦੀ ਪਹਿਲੀ ਕਿਸਮ ਤੋਂ। ਇਹ ਕਿਸਮ ਰਾਸ਼ੀ ਹਾਈ ਵੈਜ ਕੰਪਨੀ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਕਿਸਮ ਦਾ ਨਾਮ ਹੈ ਰਾਜਾ 022। ਇਸ ਕਿਸਮ ਤੋਂ ਸਾਨੂੰ ਵਧੀਆ ਝਾੜ ਮਿਲਦਾ ਹੈ। ਫਲ ਇਸ ਕਿਸਮ ਦੇ ਗੂੜੇ ਹਰੇ ਰੰਗ ਦੇ ਹੁੰਦੇ ਹਨ। ਲੰਬਾਈ ਦੇ ਵਿੱਚ ਇਸ ਕਿਸਮ ਦੇ ਫਲ 15 ਤੋਂ 17 ਸੈਂਟੀਮੀਟਰ ਤੱਕ ਜਾਂਦੇ ਹਨ, ਅਤੇ ਇੱਕ ਫਲ ਦਾ ਭਾਰ 85 ਤੋਂ 90 ਗ੍ਰਾਮ ਦਾ ਹੁੰਦਾ ਹੈ। ਇਹ ਕਿਸਮ ਆਪਣੀਆਂ ਮੁੱਖ ਬਿਮਾਰੀਆਂ ਪਾਊਡਰੀ ਮਿਲਡਿਊ ਅਤੇ ਡਾਊਨਰੀ ਮਿਲਡਿਊ ਦੇ ਪ੍ਰਤੀ ਟਾਕਰਾ ਕਰਨ ਲਈ ਪੂਰੀ ਸਮਰੱਥਾ ਰੱਖਦੀ ਹੈ। ਆਪਣੀ ਵੀਡੀਓ ਦੀ ਦੂਜੀ ਕਿਸਮ, ਇਹ ਕਿਸਮ ਈਸਟ ਬੈਸਟ ਕੰਪਨੀ ਦੇ ਵੱਲੋਂ ਤਿਆਰ ਕੀਤੀ ਜਾਂਦੀ ਹੈ। ਇਸ ਕਿਸਮ ਦਾ ਨਾਮ ਹੈ ਪ੍ਰਾਚੀ। ਇਹ ਕਿਸਮ ਵੀ ਬਹੁਤ ਵਧੀਆ ਝਾੜ ਦਿੰਦੀ ਹੈ। ਇਸ ਕਿਸਮ ਦੇ ਫਲ ਗੂੜੇ ਹਰੇ ਰੰਗ ਦੇ ਹੁੰਦੇ ਹਨ। ਲੰਬਾਈ ਦੇ ਵਿੱਚ ਫਲ 10 ਤੋਂ 12 ਸੈਂਟੀਮੀਟਰ ਲੰਮਾ ਹੋ ਸਕਦਾ ਹੈ। ਇੱਕ ਫਲ ਦਾ ਭਾਰ 15 ਤੋਂ 60 ਗ੍ਰਾਮ ਹੋ ਸਕਦਾ ਹੈ, ਅਤੇ ਫਲ ਦੀ ਚੌੜਾਈ 3 ਤੋਂ 3.5 ਸੈਂਟੀਮੀਟਰ ਦੀ ਹੋ ਸਕਦੀ ਹੈ। ਹੋਰ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਕਿਸਮ ਦੇ ਫਲ ਜ਼ਿਆਦਾ ਆਕਰਸ਼ਕ ਅਤੇ ਜ਼ਿਆਦਾ ਸਮੇਂ ਲਈ ਸਟੋਰ ਕਰਕੇ ਰੱਖੇ ਜਾ ਸਕਦੇ ਹਨ। ਬੀਜ ਦੀ ਮਾਤਰਾ, ਦੋਸਤੋ ਕਰੇਲੇ ਦੀ ਬਿਜਾਈ ਲਈ ਤੁਹਾਨੂੰ ਇਹਨਾਂ ਕਿਸਮਾਂ ਦਾ ਜੋ ਛੋਟਾ ਪੈਕਟ ਆਉਂਦਾ 10 ਗ੍ਰਾਮ ਵਾਲਾ, ਉਹ ਕਾਫੀ ਰਹੇਗਾ। ਇਸ ਪੈਕਟ ਦੇ ਵਿੱਚੋਂ ਥੋੜ੍ਹੇ ਜਿਹੇ ਬੀਜ ਲੈ ਕੇ ਤੁਸੀਂ ਕਰੇਲੇ ਦੀ ਬਿਜਾਈ ਕਰ ਸਕਦੇ ਹੋ। ਦੋਸਤੋ, ਜੋ ਮੈਂ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਨਵੀਂ ਟੈਕਨੀਕ ਦਾ ਜ਼ਿਕਰ ਕੀਤਾ ਸੀ, ਉਸ ਟੈਕਨੀਕ ਦੇ ਮੁਤਾਬਿਕ ਅਸੀਂ ਕਰੇਲੇ ਦੇ ਬੀਜ ਤੋਂ ਪਲਾਂਟ ਛੇਤੀ ਹੀ ਲੈ ਸਕਦੇ ਹਾਂ। ਦੋਸਤੋ, ਇਸ ਟੈਕਨੀਕ ਨੂੰ ਫੋਲੋ ਕਰਨ ਲਈ ਤੁਹਾਨੂੰ ਪਹਿਲਾਂ 2 ਘੰਟੇ ਲਈ ਇਹ ਬੀਜ ਪਾਣੀ ਵਿੱਚ ਭਿਉਂ ਕੇ ਰੱਖਣਾ ਪਵੇਗਾ। ਜਦੋਂ ਇਹ ਬੀਜ ਪੋਲਾ ਹੋ ਜਾਵੇਗਾ ਤਾਂ ਇਸ ਦੇ ਉੱਪਰ ਅਸੀਂ ਇੱਕ ਕੱਟ ਲਗਾਵਾਂਗੇ। ਕੱਟ ਸਾਨੂੰ ਸਹੀ ਸਾਈਡ 'ਤੇ ਲਗਾਉਣਾ ਪਵੇਗਾ। ਕੱਟ ਵਾਲੀ ਸਾਈਡ ਪਹਿਚਾਨਣ ਲਈ ਤੁਹਾਨੂੰ ਇਹ ਬੀਜ ਧਿਆਨ ਨਾਲ ਦੇਖਣਾ ਪਵੇਗਾ। ਦੋਸਤੋ, ਇਸ ਬੀਜ ਦੀ ਇੱਕ ਸਾਈਡ ਪਤਲੀ ਹੋਵੇਗੀ ਅਤੇ ਉਸਦੀ ਉਲਟ ਵਾਲੀ ਸਾਈਡ ਚੌੜੀ ਹੋਵੇਗੀ। ਜੋ ਸਾਈਡ ਚੌੜੀ ਹੋਵੇਗੀ ਆਪਾਂ ਉਸ ਸਾਈਡ ਇਹ ਕੱਟ ਲਗਾਉਣਾ ਹੈ। ਇਸ ਕੱਟ ਦੀ ਮਦਦ ਨਾਲ ਇਸ ਸੀਡ ਦੇ ਵਿੱਚ ਪਾਣੀ ਬੜੀ ਆਸਾਨੀ ਨਾਲ ਚਲਾ ਜਾਵੇਗਾ ਅਤੇ ਇਸ ਦੀ ਜਰਮੀਨੇਸ਼ਨ ਛੇਤੀ ਹੋ ਸਕੇਗੀ। ਇਸ ਪ੍ਰਕਾਰ ਤੁਸੀਂ ਜਿੰਨੇ ਬੀਜ ਗਰੋ ਕਰਨੇ ਚਾਹੁੰਦੇ ਹੋ ਉਹਨਾਂ ਦੇ ਉੱਪਰ ਕੱਟ ਲਗਾ ਸਕਦੇ ਹੋ, ਅਤੇ ਫਰਕ ਦੇਖਣ ਲਈ ਤੁਸੀਂ ਇੱਕ ਅੱਧਾ ਬੀਜ ਦੂਜਾ ਵੀ ਲਗਾ ਸਕਦੇ ਹੋ ਜਿਸ ਦੇ ਉੱਪਰ ਤੁਸੀਂ ਕੱਟ ਨਹੀਂ ਲਗਾਉਣਾ। ਕੱਟ ਲਗਾਉਣ ਤੋਂ ਬਾਅਦ ਇਹ ਸੀਡ ਤੁਸੀਂ ਫਿਰ ਤੋਂ 24 ਘੰਟੇ ਲਈ ਪਾਣੀ ਵਿੱਚ ਭਿਉਂ ਕੇ ਰੱਖ ਲੈਣੇ ਹੈ, ਅਤੇ ਉਸ ਤੋਂ ਬਾਅਦ ਇਸ ਦੀ ਪਲਾਂਟਿੰਗ ਕਰਨੀ ਹੈ। ਦੋਸਤੋ, ਗਮਲੇ ਦੇ ਵਿੱਚ ਕਰੇਲੇ ਦੀ ਬਿਜਾਈ ਲਈ ਸਾਨੂੰ 12 ਇੰਚੀ ਗਮਲੇ ਦੀ ਜ਼ਰੂਰਤ ਪੈਂਦੀ ਹੈ। ਇਸ ਗਮਲੇ ਦੇ ਵਿੱਚ ਅਸੀਂ ਅੱਧੀ ਮਿੱਟੀ ਅਤੇ ਅੱਧੀ ਆਪਣੀ ਔਰਗੈਨਿਕ ਖਾਦ ਪਾਉਣੀ ਹੈ। ਉਸ ਤੋਂ ਬਾਅਦ ਇੱਕ ਡਰੇਨੇਜ ਦਾ ਤੁਸੀਂ ਦੇਖ ਲਓ, ਡਰੇਨੇਜ ਇਸ ਗਮਲੇ ਦੇ ਵਿੱਚ ਵਧੀਆ ਹੋਣੀ ਚਾਹੀਦੀ ਹੈ। ਜੋ ਆਪਾਂ 24 ਘੰਟੇ ਲਈ ਬੀਜ ਭਿਉਂ ਕੇ ਰੱਖਿਆ ਹੈ, ਉਸ ਤੋਂ ਬਾਅਦ 24 ਘੰਟੇ ਤੋਂ ਬਾਅਦ ਆਪਾਂ ਉਸਦੀ ਇਸ ਗਮਲੇ ਦੇ ਵਿੱਚ 2 ਤੋਂ 3 ਸੈਂਟੀਮੀਟਰ ਡੂੰਘਾਈ 'ਤੇ ਬਿਜਾਈ ਕਰ ਦੇਣੀ ਹੈ, ਅਤੇ ਉਸ ਤੋਂ ਬਾਅਦ ਉਸਨੂੰ ਪਾਣੀ ਦੇਣਾ ਹੈ। ਇਸ ਦੇ ਨਾਲ ਇਹ ਛੇਤੀ ਗਰੋ ਹੋ ਜਾਵੇਗਾ। ਅਤੇ ਇਸ ਤੋਂ ਇਲਾਵਾ ਘਰ ਦੀ ਬਗੀਚੀ ਵਿੱਚ ਇਸ ਦੀ ਬਿਜਾਈ ਕਰਨ ਲਈ ਤੁਹਾਨੂੰ ਆਪਣੇ ਘਰ ਦੀ ਬਗੀਚੀ ਤਿਆਰ ਕਰਨੀ ਪਵੇਗੀ। ਤਿਆਰੀ ਦੇ ਵਿੱਚ ਆਪਾਂ ਇਸ ਦੇ ਵਿੱਚ 1 ਬੱਠਾ ਰੂੜੀ ਖਾਦ ਜੋ ਕਿ ਚੰਗੀ ਤਰ੍ਹਾਂ ਗਲੀ ਸੜੀ ਹੋਵੇ ਉਹ ਪਾਉਣਾ ਹੈ, ਅਤੇ ਇਸ ਤੋਂ ਬਾਅਦ ਆਪਣੀ ਇਹ ਬਗੀਚੀ ਨੂੰ ਤਿਆਰ ਕਰ ਲੈਣਾ। ਬਗੀਚੀ ਤਿਆਰ ਕਰਨ ਤੋਂ ਬਾਅਦ ਦੋਸਤੋ ਅਸੀਂ ਹੱਥੀਂ ਇਸ ਦੇ ਵਿੱਚ ਕਰੇਲੇ ਦੀ ਬਿਜਾਈ ਕਰਨੀ ਹੈ, ਅਤੇ ਉਸ ਤੋਂ ਬਾਅਦ ਹਲਕਾ ਪਾਣੀ ਦੇ ਕੇ ਛੱਡ ਦੇਣਾਗਾ। ਅਤੇ ਖਾਦਾਂ ਦੀ ਗੱਲ ਕਰੀਏ ਤਾਂ ਦੋਸਤੋ, ਆਪਾਂ 1 ਮਹੀਨੇ ਬਾਅਦ ਇਸ ਨੂੰ ਫਿਰ ਤੋਂ ਰੂੜੀ ਖਾਦ ਪਾ ਕੇ ਇਸ ਦੀ ਗਰੋਥ ਨੂੰ ਚੰਗਾ ਕਰ ਸਕਦੇ ਹਾਂ। ਸਿੰਚਾਈ ਦੀ ਗੱਲ ਕਰੀਏ ਤਾਂ ਦੋਸਤੋ, ਆਪਾਂ ਨੂੰ ਗਮਲੇ ਦੇ ਵਿੱਚ ਇਸ ਪੌਦੇ ਨੂੰ ਹਲਕਾ ਹਲਕਾ ਰੈਗੂਲਰ ਬੇਸਿਸ 'ਤੇ ਪਾਣੀ ਦੇਣਾ ਚਾਹੀਦਾ ਹੈ, ਅਤੇ ਬਗੀਚੀ ਦੇ ਵਿੱਚ ਜਿਵੇਂ ਅਸੀਂ ਬਾਕੀ ਸਬਜ਼ੀ ਨੂੰ ਪਾਣੀ ਦਿੰਦੇ ਹਾਂ ਉਸ ਪ੍ਰਕਾਰ ਪਾਣੀ ਦੇ ਸਕਦੇ ਹਾਂ। ਦੋਸਤੋ, ਵੀਡੀਓ ਪਸੰਦ ਆਈ ਹੈ ਤਾਂ ਇਸ ਨੂੰ ਲਾਈਕ ਜ਼ਰੂਰ ਕਰਿਓ, ਅਤੇ ਜਿਹੜੇ ਵੀਰ ਇਸ ਪ੍ਰਕਾਰ ਦੀਆਂ ਹੋਰ ਵੀਡੀਓ ਦੇਖਣੀਆਂ ਚਾਹੁੰਦੇ ਹਨ ਆਪਣੇ ਚੈਨਲ ਖੇਤੀ ਗਾਈਡ ਨੂੰ ਸਬਸਕ੍ਰਾਈਬ ਕਰ ਲਓ, ਜਿਹਦਾ ਨਾਂ ਲੱਗਾ ਬੈਲ ਦਾ ਬਟਨ ਜ਼ਰੂਰ ਪ੍ਰੈਸ ਕਰ ਲਓ। ਆਪਣੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਮੈਂ ਜਲਦ ਮਿਲੂੰਗਾ ਤੁਹਾਨੂੰ ਆਪਣੀ ਕਿਸੇ ਹੋਰ ਨਵੀਂ ਵੀਡੀਓ ਵਿੱਚ। ਅੱਜ ਦੀ ਵੀਡੀਓ ਨਾਲ ਜੁੜਨ ਲਈ ਤੁਹਾਡਾ ਧੰਨਵਾਦ।